ਰੋਪੜ ਜ਼ਿਲ੍ਹੇ ਅੰਦਰ ਕਣਕ ਦੇ ਗੋਦਾਮਾਂ ਵਿੱਚ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਚੱਲ ਰਿਹਾ ਜਿਸ ਕਾਰਨ ਵਿਭਾਗੀ ਅਧਿਕਾਰੀ ਵੀ ਕਾਫੀ ਪਰੇਸ਼ਾਨੀ ਵਿੱਚ ਦਿਖ ਰਹੇ ਨੇ ਤਾਜ਼ਾ ਮਾਮਲੇ ਵਿੱਚ ਫਰੀਦਕੋਟ ਵਿੱਚ ਸਾਦਿਕ ਰੋਡ ਉੱਤੇ ਅੱਜ ਇੱਕ ਨਿੱਜੀ ਸਟੋਰ ਵਿੱਚ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ ਜਿਸ ਬਾਰੇ ਸੂਚਨਾ ਮਿਲਦਿਆਂ ਪਨਗ੍ਰੇਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਉੱਤੇ ਕਾਬੂ ਪਾਇਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਲਗਾ ਸਕਿਆ ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਰਹੱਸਮਈ ਤਰੀਕੇ ਨਾਲ ਕਈ ਗੁਦਾਮਾਂ ਵਿੱਚ ਅੱਗ ਲੱਗ ਗਈ ਸੀ ਕਾਰਨ ਜੀ ਕੋਈ ਸਮਝ ਨਹੀਂ ਆ ਰਹੀ ਜੀ ਅੱਜ ਸਵੇਰੇ ਨੋਰਮਲੀ ਸਟੋਰੇਜ ਦਾ ਕੰਮ ਚੱਲ ਰਿਹਾ ਸੀ ਅਤੇ ਇੱਥੇ ਕੋਈ ਟਰੱਕ ਵਾਲਾ ਆਇਆ ਅਤੇ ਉਹਨੇ ਸਾਨੂੰ ਆਵਾਜ਼ ਮਾਰੀ ਵੀ ਤੁਹਾਡੇ ਇਹਦੇ 'ਚ ਹੈਗੇ ਸਟੈਗ ਉਹਨਾਂ ਦੇ ਧੂੰਆਂ ਨਿਕਲ ਰਿਹਾ ਜਦੋਂ ਆ ਕੇ ਦੇਖਿਆ ਸਾਰੀ ਲੇਬਰ ਭੱਜ ਗਿਆ ਜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਭੱਜਣ ਕੇ ਦੇਖਿਆ ਕਿ ਚੱਕਾ ਮਤਲਬ ਉੱਪਰੋਂ ਪੂਰੀਆਂ ਲਾਟਾਂ ਨਿਕਲ ਰਹੀਆਂ ਸੀ ਉਹਦੇ 'ਚੋਂ ਅਤੇ ਵੇਖਦੇ ਹੀ ਵੇਖਦੇ ਦੋ ਹੋਰ ਮਤਲਬ ਜਿਹੜੇ ਸਟੈਗ ਸੀਗੇ ਕਣਕ ਦੇ ਉਹਨਾਂ 'ਚੋਂ ਵੀ ਲਾਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਇਸ ਤੋਂ ਬਾਅਦ ਲੇਬਰ ਆਈ ਹੈ ਲੇਬਰ ਨੇ ਚਲੋ ਕੁਦਰਤੀ ਲਾਈਟ ਸੀਗੀ ਦੁਬਾਰਾ ਪਾਣੀ ਪੂਣੀ ਪਾਇਆ ਹੈਗਾ ਨਾਲ ਦੀ ਨਾਲ ਅਤੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ